केजरीवाल सरकार मुर्दाबाद। सत श्री अकाल जी, तुसीं देख रहे हो अजीत टीवी ते मैं हां नरेंद्र सिंह सिद्धू। जिते कि किसानां वल्लों जिहड़ियां अपनियां फसलां उह पुत्तां वांग पलियां जांदियां, जेठ हाड़ दियां धुप्पां विच भी उह कम करदे आ ते पोह माघ दे ठंड विच भी उह रातां नूं पाणी लाउंदे आगे, पर कई वारी परमात्मा दी करोपी नाल फसल नूं कोई ना कोई बीमारी लग जांदी हैगी। जिस तरह जिहड़ी पिछले वारी जिहड़ी गुलाबी सुंडी कारण जिहड़ा नरमा नुकसानिया गया सी, ते इस बार जिहड़ी कणक हैगी उह भी नुकसानी गई है, क्योंकि एकदम जिहड़ी गर्मी शुरू हो गई हैगी, अगेती गर्मी पैण कारण कणक दा दाणा सुंगड़ गया हैगा, अते उस कारण ये दाणा बरीक रहन करके जिहड़े सरकारां वल्लों भी इहदी खरीद नहीं कीती जा रही, उन्हां दा भी कहिणा कि जिहड़ी कणक बरीक हैगी उह नहीं खरीदी जाएगी। पर इत्थे जे देखा जाए तो अज BJP ਦੇ ਜਿਹੜੇ ਕੁਝ ਵਰਕਰ ਸੀ ਉਹਨਾਂ ਵੱਲੋਂ ਵੀ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਗਿਆ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਪ੍ਰਾਈਵੇਟ ਏਜੰਸੀਆਂ ਨੂੰ ਇਹ ਖੁੱਲ ਦੇਣ ਤਾਂ ਜੋ ਜਿਹੜੀ ਕਣਕ ਹੈ 3000 ਨੂੰ ਵੀ ਵਿਕ ਸਕਦੀ ਹੈ। ਪਰ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਏਜੰਸੀਆਂ ਨੂੰ ਖੁੱਲ ਨਹੀਂ ਦਿੱਤੀ ਜਾ ਰਹੀ। ਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦਾ ਕਹਿਣਾ ਕਿ ਜਿਹੜੀ ਕਣਕ ਹੈਗੀ ਉਹ ਸਰਕਾਰੀ ਏਜੰਸੀਆਂ ਖਰੀਦਣ, ਕੇਂਦਰੀ ਏਜੰਸੀਆਂ ਖਰੀਦਣ, ਤਾਂ ਜੋ ਸਾਡੀ ਜਿਹੜੀ ਮਾਰਕੀਟ ਹੈਗੀ ਇਹ ਬਣੀ ਰਹੇ ਅਤੇ ਕਿਸਾਨ ਹੈ ਜਿਹੜਾ ਇਹ ਸੇਫ ਰਹੇ। ਪਰ ਜੇ ਕਿ ਪ੍ਰਾਈਵੇਟ ਮੰਡੀਆਂ ਆ ਗਈਆਂ ਤਾਂ ਕੱਲ੍ਹ ਨੂੰ ਪਤਾ ਨਹੀਂ ਕਿਸ ਰੇਟ ਖਰੀਦਣਗੀਆਂ। ਇਸ ਲਈ ਆਪਾਂ ਗੱਲ ਕਰਦੇ ਹਾਂ, ਸਾਡੇ ਨਾਲ ਕੁਝ ਕਿਸਾਨ ਜੁੜੇ ਹੈਗੇ, ਉਹਨਾਂ ਨਾਲ ਵਕੀਲਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਦਰਸ਼ਨ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਬਠਿੰਡਾ ਹੀ ਹੈ ਜੀ। ਕੀ ਕਹਿਣਾ ਚਾਹੋਗੇ, ਜਿਵੇਂ ਹੁਣ ਬਰੀਕ ਹੈ ਕਣਕ ਦਾ ਦਾਣਾ ਅਤੇ ਪਰ ਸਰਕਾਰ ਕਹਿੰਦੀ ਅਸੀਂ ਖਰੀਦਦੇ ਨਹੀਂ ਬਰੀਕ ਨੂੰ? ਇਹ ਦੇਖੋ ਜੀ, ਬਰੀਕ ਤਾਂ ਕੁਦਰਤ ਨੇ ਕਰਿਆ, ਕਿਸੇ ਨੇ ਨਹੀਂ ਕਰਿਆ ਬੰਦੇ ਨੇ। ਜੇ ਆਪਣੇ ਘਰੇ ਕੋਈ ਕਾਲਾ ਮੁੰਡਾ ਜੰਮ ਪਏ ਤਾਂ ਫਿਰ ਆਪਾਂ ਉਹਨੂੰ ਘਰੋਂ ਕੱਢ ਦਿਆਂਗੇ? ਜੇ ਕਿਸਾਨ ਦੁੱਧ ਵੀ ਪੈਦਾ ਕਰਦਾ, ਗੰਨਾ ਵੀ ਪੈਦਾ ਕਰਦਾ, ਅਨਾਜ ਵੀ ਪੈਦਾ ਕਰਦਾ, ਸਾਰੀ ਫਸਲ ਪੈਦਾ ਕਰਦਾ, ਜਿਹੜਾ ਗੌਰਮੈਂਟ ਦਾ ਕੰਮ ਆ ਸਾਰਾ ਕਿਸਾਨ 'ਤੇ ਚੱਲਦਾ, ਲਾ ਗਰੀਬ ਗੁਰਬੇ ਤੋਂ ਲਾ ਕੇ। ਜੇ ਕਿਸਾਨ ਮਰ ਗਿਆ ਸਾਰਾ ਦੇਸ਼ ਮਰ ਜੂਗਾ ਜੀ। ਹਾਂ, ਹੁਣ ਜਿਵੇਂ ਜੇ ਕਿ ਕੁਦਰਤੀ ਕਰੋਪੀ ਪਈ ਆ, ਕਿਸਾਨ ਨੇ ਪੋਹ ਮਾਘ ਦੀਆਂ ਰਾਤਾਂ ਨੂੰ ਪਾਣੀ ਲਾਇਆ ਗਾ, ਰੇਹਾਂ ਵੀ ਪਾਈਆਂ, ਸਿਰਫ ਰੇਹਾਂ ਵੀ ਕੀਤੀਆਂ, ਪਰ ਇਹ ਤਾਂ ਪਰਮਾਤਮਾ ਦੀ ਕਰੋਪੀ ਨਾਲ ਹੋਇਆ ਗਾ ਜੀ। ਕਰੋਪੀ ਨੇ ਹੋਇਆ ਜੀ, ਕਿਸੇ ਨੇ ਜਾਂ ਤਾਂ ਪਾਣੀ ਪਾਇਆ ਜਾਂ ਮਿੱਟੀ ਪੱਥਰ ਦਾ ਦੱਸਣ, ਇਹ ਤਾਂ ਕੁਦਰਤ ਨੇ ਕਰਿਆ। ਜਦੋਂ ਦੁੱਧ ਪੈਂਦਾ ਸੀ ਦਾਣੇ 'ਚ ਉਦੋਂ ਧੁੱਪ ਵੱਧ ਪੈ ਗਈ, ਉਹ ਧੁੱਪ ਨੇ ਨਾ ਦੁੱਧ ਛਕਾ ਕੇ ਦਾਣਾ ਬਰੀਕ ਹੋ ਗਿਆ। ਜੱਟ ਨੂੰ ਤਾਂ ਘਾਟਾ ਪੈ ਗਿਆ, ਅੱਗੇ 60 ਮਣ ਹੁੰਦੀ ਸੀ, ਐਤਕੀ ਜੀ 30 ਮਣ 'ਤੇ ਹੋ ਗਈ। ਉਹ ਅੱਜ ਤੁਹਾਡੇ ਕੋਲ ਇੱਥੇ ਮੰਡੀ 'ਚ ਕੁਝ BJP ਦੇ ਆਗੂ ਆਏ ਸੀਗੇ, ਵਰਕਰ ਆਏ ਸੀ, ਉਹ ਕਹਿ ਰਹੇ ਸੀਗੇ ਵੀ ਜੇ ਪ੍ਰਾਈਵੇਟ ਕਣਕ ਖਰੀਦਣ ਉਹ 3000 ਨੂੰ ਖਰੀਦ ਸਕਦੀਆਂ, ਪਰ ਸਰਕਾਰੀ ਖਰੀਦ ਨਹੀਂ ਰਹੀਆਂ, ਅਤੇ ਤੁਸੀਂ ਕੀ ਸਰਕਾਰੀ ਪ੍ਰਾਈਵੇਟ ਏਜੰਸੀਆਂ ਨੂੰ ਦਿਓਗੇ ਇਹ ਕਣਕ? ਸੋ ਮੈਂ ਦੱਸਦਾ ਜੀ, ਉਹ ਜਿਹੜੀਆਂ ਪ੍ਰਾਈਵੇਟ ਖਰੀਦੀਆਂ ਏਜੰਸੀਆਂ ਉਹ 1 ਸਾਲ ਖਰੀਦਣਗੀਆਂ, 1 ਸਾਲ 3000 ਵੀ ਦੇ ਦੇਣਗੀਆਂ, 35 ਵੀ ਦੇ ਦੇਣਗੀਆਂ, ਜਦੋਂ ਨੂੰ ਅਗਲੇ ਸਾਲ ਨੂੰ ਸਾਨੂੰ 1200 ਵੀ ਨਹੀਂ ਦਿੰਦਾ ਦੇਣਗੀਆਂ ਉਹਨਾਂ ਨੇ ਵੀ ਤੁਸੀਂ ਸਰਕਾਰ ਦੀ ਸਰਕਾਰੀ ਖਰੀਦ ਬੰਦ ਹੋ ਗਈ, ਪ੍ਰਾਈਵੇਟ ਨੂੰ ਦਿਓ। ਉਹ ਕਣਕ ਅਸੀਂ ਤਾਂ 800 ਨੂੰ ਲਵਾਂਗੇ, ਦੇਣੀ ਹੈ ਕਣਕ ਦੇ ਦਿਓ, ਨਹੀਂ ਦੇਣੀ ਨਾ ਦਿਓ, ਉਹ ਐਂ ਕਰਨਗੇ ਪ੍ਰਾਈਵੇਟ। ਹਾਂਜੀ, ਸਾਨੂੰ ਸਭ ਇਹਨਾਂ ਦਾ ਪਤਾ, ਪ੍ਰਾਈਵੇਟ ਜਿਹੜੀਆਂ ਇੰਨਾ ਭਾਅ ਦਿੰਦੇ ਆ। ਸਾਡੇ ਨਾਲ ਵੀਰ ਜੀ ਕਿਸਾਨ ਹੋਰ ਵੀ ਜੁੜਿਆ, ਉਹਨਾਂ ਨਾਲ ਗੱਲ ਕਰਦੇ ਹਾਂ। ਵੀਰ ਜੀ ਕੀ ਨਾਂ ਤੁਹਾਡਾ? ਚਰਨੀਤ ਬਾਈ। ਕਿਹੜਾ ਪਿੰਡ ਹੈ? ਤੋਂਗਲੀ ਬਾਈ। ਕੀ ਕਹਿਣਾ ਚਾਹੋਗੇ, ਜਿਵੇਂ ਹੁਣ ਬਰੀਕ ਦਾਣਾ ਹੈਗਾ ਅਤੇ ਸਰਕਾਰਾਂ ਇਹ ਖਰੀਦ ਨਹੀਂ ਰਹੀਆਂ, ਕੀ ਕਹਿਣਾ ਚਾਹੋਗੇ? ਝਾੜ ਗਰਮੀ ਕਰਕੇ ਘੱਟ ਆ ਜੀ, ਦਾਣਾ ਬਰੀਕ ਹੈ ਕਣਕ ਦਾ, ਝਾੜ ਪਿਛਲੇ ਸਾਲ ਨੂੰ 20 ਮਣ ਦਾ 15 ਮਣ ਦਾ ਕਿਲਾ ਘੱਟ ਹੈਗਾ। ਕਣਕ ਖਰੀਦੀ ਜਾਂਦੇ ਥੋੜ੍ਹਾ ਪ੍ਰਾਈਵੇਟ ਏਜੰਸੀਆਂ ਵਿੱਚ ਫਿਰਦੀਆਂ ਤੁਰੀਆਂ, BJP ਵੀ ਤੁਰੇ ਫਿਰਦੇ ਵੀ ਕਣਕ ਪ੍ਰਾਈਵੇਟ ਨੂੰ ਦਿਓ, ਪਰ ਨਹੀਂ ਜਿੰਦ ਦਿੰਦੇ ਨਹੀਂ ਜੀ, ਅਸੀਂ ਸਰਕਾਰੀ ਦਿਓ। ਪ੍ਰਾਈਵੇਟ ਕਹਿੰਦੇ ਰੇਟ ਵੱਧ ਦੇ ਰਹੇ, ਤਾਂ ਕਿਉਂ ਨਹੀਂ ਦਿੰਦੇ ਫਿਰ? ਨਹੀਂ, ਦੇ ਜਾਣ ਪੈ ਸਕਦੀ, ਅਸੀਂ ਨਹੀਂ ਦਿੰਦੇ ਉਹਨਾਂ ਨੂੰ। ਸਾਡੀਆਂ ਮੰਡੀਆਂ ਖਤਮ ਹੋ ਜਾਣਗੀਆਂ, ਇਹ 2 ਸਾਲਾਂ ਵਿੱਚ ਮੰਡੀਆਂ ਖਤਮ ਹੋ ਜਾਣਗੀਆਂ, ਪ੍ਰਾਈਵੇਟ ਖਰੀਦਣ ਲੱਗ ਪਏ ਜਦੋਂ ਸਰਕਾਰੀ ਮੰਡੀਆਂ ਖਤਮ ਹੋ ਜਾਣਗੀਆਂ, ਉਦੋਂ ਬਾਅਦ ਸਾਨੂੰ ਰੇਟ ਘੱਟ ਦੇਣਗੇ ਇਹ, ਅਸੀਂ ਨਹੀਂ ਵੇਚਣਾ ਨਹੀਂ ਚਾਹੁੰਦੇ ਉਹਨਾਂ ਨੂੰ। ਅਤੇ ਫਿਰ ਅੱਜ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਵੀ ਸਾਡੀ ਕਣਕ ਖਰੀਦਣ ਉਹ ਵਧੀਆ ਢੰਗ ਨਾਲ ਖਰੀਦਣ, ਸੁੱਕੀ ਕਣਕ ਆ ਸਾਰੀ ਵਧੀਆ ਕਣਕ ਆ ਇਹ, ਅਤੇ ਲੈਣ ਨਾਲ ਦੇ ਨਾਲ ਦਾਣਾ ਹੀ ਬਰੀਕ ਹੈਗਾ, ਇਹ ਤਾਂ ਕੁਦਰਤੀ ਕਰੋਪੀ। ਇੱਕ ਥੋੜ੍ਹੀ ਲੇਬਰ ਘੱਟ ਆਉਣ ਦੇ ਕਾਰਨ ਹਜੇ ਤੱਕ ਸਾਨੂੰ ਬਹੁਤ ਪ੍ਰੋਬਲਮ ਆਈ ਜਾਂਦੀ ਜੀ ਕਣਕ ਦੀ। ਉਹ ਮੰਡੀਆਂ 'ਚ ਪ੍ਰੋਬਲਮ ਕੋਈ ਕਿਸੇ ਕਿਸਮ ਦੀ? ਮਤਲਬ ਲੇਬਰ ਘੱਟ ਕਰਦੇ ਪ੍ਰੋਬਲਮ ਆਈ, ਹੋਰ ਕੋਈ ਪ੍ਰੋਬਲਮ ਹੈ ਨਹੀਂ ਕੋਈ। ਜਿਹੜੀ ਵਿਕੀ ਹੈ ਕਣਕ ਉਹਦੀ ਪੇਮੈਂਟ ਮਿਲ ਰਹੀ ਹੈ? ਪੇਮੈਂਟ ਹਾਂਜੀ ਨਾਲ ਦੇ ਨਹੀਂ ਜਾਂਦੀ ਜੀ, ਪਰਸੋਂ ਵੀ ਖਰੀਦ ਵੇਚੀ ਸੀਗੀ, ਆ ਗਈ ਸਾਡੀ ਪੇਮੈਂਟ, ਆ ਗਈ ਨਾਲ ਦੇ ਨਾਲ। ਪੇਮੈਂਟ ਦੀ ਕੋਈ ਪ੍ਰੋਬਲਮ ਹੈ ਨਹੀਂ ਗੀ, ਪਰ ਇਹ ਪ੍ਰਾਈਵੇਟ ਵਿੱਚ ਫਿਰਦੇ ਆ ਮੰਡੀਆਂ ਕਣਕ ਖਰੀਦਣ ਨੂੰ, ਜਿਮੀਦਾਰ ਨਹੀਂ ਉਹਨੂੰ ਹਾਨੀ ਕਹਿ ਰਹੇ, ਸਰਕਾਰੀ ਵੀ ਵੇਚ ਰਹੇ ਹਾਂ।
तो जिहड़े अपने मोचर हैगी इह सही हैगी सही आई जांदा जिवें सुक्का आई जांदा उह भी ज्यादा आई जांदा सुक्का बहुत ही सुक्की कणक आई है हाँ जी हाँ जी वो कणक दी ज्यादा प्रॉब्लम आई सुक्की कणक ज्यादा सुक गई जी ਇਹ ਸਨ ਵੀਰ ਕਿਸਾਨ ਜਿਨ੍ਹਾਂ ਨੇ ਕਹਿਣਾ ਗਾ ਕਿ ਬੀ ਜੇ ਪੀ ਵਾਲੇ ਵੀ ਵਰਕਰ ਇੱਥੇ ਆਏ ਹੈਗੇ ਪਰ ਉਹਨਾਂ ਦਾ ਕਹਿਣਾ ਕਿ ਇਹ ਪ੍ਰਾਈਵੇਟ ਏਜੰਸੀਆਂ ਨੂੰ ਵੇਚਣ ਅਤੇ ਉਹ ਰੇਟ ਵੱਧ ਦਿੰਦੇ ਆ ਅਤੇ ਉਹਨਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਪਰ ਜਿਹੜੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਕਣਕ ਹੈਗੀ ਅਸੀਂ ਸਿਰਫ ਸਰਕਾਰੀ ਏਜੰਸੀਆਂ ਨੂੰ ਦੇਵਾਂਗੇ ਕਿਉਂਕਿ ਕੱਲ੍ਹ ਨੂੰ ਇਹਨਾਂ ਨੇ ਅੱਜ ਦਾ ਰੇਟ ਇਹ ਵੱਧ ਦੇ ਰਿਹਾ ਜਦੋਂ ਸਰਕਾਰੀ ਮੰਡੀਆਂ ਦਾ ਭੋਗ ਪੈ ਗਿਆ ਤਾਂ ਸਾਡੀ ਜਿਹੜੀ ਕਣਕ ਹੈ ਇਹ ਕੋਡੀਆਂ ਦੇ ਭਾਅ ਵੀ ਨਹੀਂ ਖਰੀਦਣੀ ਇਸ ਲਈ ਸਰਕਾਰ ਵੱਲੋਂ ਇਹ ਚਾਲਾਂ ਚੱਲੀਆਂ ਜਾ ਰਹੀਆਂ। ਸੁਖਪਾਲ ਸਿੰਘ ਸਰਾਂ ਜੀ, ਮੈਂ ਸੈਕਟਰੀ ਬੀਜੇਪੀ ਪੰਜਾਬ। ਅਸੀਂ ਅੱਜ ਸਾਰੇ ਕਿਸਾਨਾਂ ਵੱਲੋਂ ਇਹ ਪੰਜਾਬ ਸਰਕਾਰ ਨੇ ਜੋ ਪ੍ਰਾਈਵੇਟ ਔਰ ਸਰਕਾਰੀ ਜੋ ਖਰੀਦ ਬੰਦ ਕੀਤੀ ਹੈ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਕਿ ਕਿਸਾਨ ਮੰਡੀਆਂ ਦੇ ਵਿੱਚ ਰੁਲ ਰਿਹਾ, ਉੱਧਰੋਂ ਅੱਗਾਂ ਲੱਗ ਰਹੀਆਂ ਕਿਉਂਕਿ ਇਸ ਵਾਰ ਗਰਮੀ ਕਰਕੇ ਪਹਿਲਾਂ ਹੀ ਝਾੜ ਘੱਟ ਹੈ, ਉੱਤੋਂ ਸਰਕਾਰ ਖੱਜੇ ਖਰਾਬ ਕਰ ਰਹੀ ਆ। ਅੱਜ ਵਿਦੇਸ਼ਾਂ ਦੇ ਵਿੱਚ ਇੰਨੀ ਸਾਡੀ ਕਣਕ ਦੀ ਮੰਗ ਵਧੀ ਹੋਈ ਆ ਕਿ ਸਾਨੂੰ ਉਮੀਦ ਸੀ ਕਿ ਐਤਕੀ ਪੰਜਾਬ ਸਰਕਾਰ ਸਾਨੂੰ 5000 ਰੁਪਏ ਕੁਇੰਟਲ ਦਾ ਰੇਟ ਦੇਵੇਗੀ, ਪਰ ਇਸ ਨੇ ਰੇਟ ਦੇਣ ਦੀ ਬਜਾਏ ਐਤਕੀ ਪ੍ਰਾਈਵੇਟ ਜਿਹੜੇ ਵਪਾਰੀ ਆ ਉਹ ਰੇਟ ਦੇਣ ਲਈ ਤਿਆਰ ਹੈ, ਤਾਂ ਫਿਰ ਵੀ ਉਹਨੇ ਪਾਬੰਦੀ ਲਾਤੀ ਕਿ ਪ੍ਰਾਈਵੇਟ ਕੋਈ ਵਪਾਰੀ ਖਰੀਦ ਨਹੀਂ ਸਕਦਾ। ਇੱਥੋਂ ਤੱਕ ਕਿ ਜਿਹੜੇ ਫਾਊਂਡੇਸ਼ਨ ਦਾ ਬੀਜ ਜਿਹੜੇ ਕਿਸਾਨਾਂ ਨੇ ਬਜਾਇਆ ਪ੍ਰਾਈਵੇਟ ਕੰਪਨੀਆਂ ਨੂੰ, ਉਹ ਫਾਊਂਡੇਸ਼ਨ ਵਾਲੇ ਵੀ ਵਾਪਸ ਨਹੀਂ ਖਰੀਦ ਸਕਦੇ, ਕੱਲ੍ਹ ਨੂੰ ਬੀਜ ਦੀ ਪ੍ਰੋਬਲਮ ਆਵੇਗੀ। ਪਹਿਲਾਂ ਸਾਨੂੰ ਨਰਮੇ ਦੇ ਚੰਗੇ ਬੀਜ ਨਾ ਮਿਲਣ ਕਰਕੇ ਉਹ ਸੁੰਡੀ ਖਾ ਗਈ, ਨਰਮੇ ਦਾ ਹਜੇ ਮੁਆਵਜ਼ਾ ਨਹੀਂ ਮਿਲਿਆ। ਅਸੀਂ ਕਣਕ ਦਾ ਮੁਆਵਜ਼ਾ ਮੰਗਣਾ ਸੀਗਾ, ਤਾਂ ਹੁਣ ਇਹਨਾਂ ਨੇ ਜਿਹੜੀ ਉਹ ਖਰੀਦ ਵੀ ਬੰਦ ਕਰਤੀ ਪ੍ਰਾਈਵੇਟ ਵਪਾਰੀਆਂ ਦੀ। ਅੱਜ ਸਮਾਜ ਕਿਸਾਨ ਜਾਗਰੂਕ ਹੋ ਰੁਕਿਆ, ਜਿਹੜੇ ਨਾਅਰੇ ਲਾ ਰਹੇ ਆ, ਜੈਕਾਰੇ ਲਾ ਰਹੇ ਆ, ਖੁਸ਼ਹਾਲ ਕਿਸਾਨ ਖੁਸ਼ਹਾਲ ਪੰਜਾਬ, ਇਹ ਇਹਨਾਂ ਦਾ ਨਾਅਰਿਆਂ ਤੱਕ ਸੀਮਤ ਹੈ, ਐਡਵਰਟਾਈਜ਼ ਤੱਕ ਇਹ ਸੀਮਤ ਹੈ। ਇਹ ਇਸ ਤਰ੍ਹਾਂ ਦੀ ਮਸ਼ਹੂਰੀਆਂ ਨਾਲ ਸਰਕਾਰ ਨਹੀਂ ਚੱਲਣੀ, ਇਹਨਾਂ ਨੂੰ ਤੁਰੰਤ ਜਿਹੜੇ ਪ੍ਰਾਈਵੇਟ ਵਪਾਰੀ ਆ ਉਹਨਾਂ ਨੂੰ ਖੁੱਲ੍ਹ ਕਰਨੀ ਚਾਹੀਦੀ ਆ। ਔਰ ਜਿਹੜਾ ਇਹਨਾਂ ਨੇ ਇੱਕ ਤੁਗਲਕੀ ਟੈਕਸ ਲਾਇਆ RDF, ਉਹ ਟੈਕਸ ਤੁਰੰਤ ਹਟਾਇਆ ਜਾਵੇ। ਜਿਸ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ, UP ਦੇ ਵਿੱਚ, ਹਰਿਆਣੇ ਦੇ ਵਿੱਚ RDF ਟੈਕਸ ਹਟਾਇਆ ਹੋਇਆ ਹੈ, ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਉਸ ਨੂੰ ਹਟਾ ਕੇ ਕਣਕ ਦੇ ਜਿਹੜੇ ਹੈਗੇ ਆ ਵਪਾਰੀ ਰੇਟ ਵੱਧ ਖਰੀਦਣ ਲਈ ਤਿਆਰ ਆ, ਅਤੇ ਉਹਨਾਂ ਨੂੰ ਇਹਦੇ ਵਿੱਚ ਛੂਟ ਦਿੱਤੀ ਜਾਵੇ। ਬਠਿੰਡਾ ਤੋਂ ਅਜੀਤ TV ਲਈ ਨਰ ਸਿੰਘ ਸਿੱਧੂ ਦੀ ਰਿਪੋਰਟ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।